कोई अंब तो लब्भे नहीं, वेखने केड़ा अंब लब्भा। ए पीला गोला अंब जे ते ए बूटा जे, ठीक है ते थल्ले एक और पे आ जे। ए जनाब अंबा ने बाग ही फिर रहे हैं, सब अंब शंब लोड़ रहे हैं, कोई अंब लब्भ जे थल्ले पे आ, ठीक है नाजरीन। साहब क्यों अंब लब्भा जे, खेड़ा अंब काला चेक करो कैसा है। ए भी अंबा ने बूटा जे अंब का दरख्त, हाँ जी कौन ये भी सीज नहीं, और अगर चली गए फिर आखते जी अंब मुक गए, अंब तो बहुत है जी। नाजरीन अंब का बूटा सी लगे इस टाइम, माशाल्लाह बहुत अंब है जिद है, देखो जिथे जिथे उत्थे नजर आ रहे हैं। ए लगो गुच्छे तो गुच्छे लगे अंबा के, अंब चुक रहे बच्चे। ए देखो नाजरीन गुच्छे तो गुच्छे पूरा अंब का बूटा लगे है जी, तुहानू जूम करोगे दसने पूरा बूटा लगे है जी। ए अंबे जनाब ऐरा बूटा जी, ठीक है खूबसूरती चेक करो कितनी खूबसूरती है, माशाल्लाह उठा लेनी इंतहाई खूबसूरत, फुल देसी माहौल माशाल्लाह। केड़ी चीज बोल रही तुम सर, तोते खट्टे ताए तो बच्चे पे ने, मिठे होंगे इस टाइम मुक नहीं गए ने, क्या ख्याल है। हाँ जी अंब इधर उधर पे है, हाँ जी क्या हाल है, ठीक हो, शर्मा जाने हो, शर्मा किए जाने हो, हाँ जी शर्मा क्यों जाने हो, ये बूटा कितना लगे है, अपर है के ना अंब ना कोई है पता, चिट्टी अंबी, चिट्टी अंबी ना इसमें सुना कर ना सफियान, सफियान के पूरा ना के थोड़ा ਤੁਹਾਡਾ ਮਿੱਠਾ ਮਿੱਠਾ ਚਿੱਟੀ ਅੰਬੀ ਚੈੱਕ ਕਰੋ, ਚਲੋ बनाने जाग इत वे हो कहना बनाने, हाँ जी ए मजेदार।
ਹਾਂਜੀ ਕਿਹੜਾ ਅੰਬ ਦੱਸਿਆ? ਟੋਕਰੀ ਲਾ ਅੰਬ ਹੈ। ਇਹ ਜੀ ਸੰਧੂਰੀ ਅੰਬ ਵੀ ਕਹਿ ਰਹੇ, ਦੋ ਤਿੰਨ ਚੁੱਕਾ ਲਿਆਓ ਚੈੱਕ ਕਰੀਏ ਤੇ ਚੈੱਕ ਕਰਨੇ ਕੈਸੀ ਹੈ। ਲਓ ਜਨਾਬ ਇਹ ਚੈੱਕ ਕਰੋ। ਹੈਲੋ ਜੀ ਹਾਂਜੀ ਪਾਪਾ ਨਾਂ ਕੀ ਹੈ ਸੋਨਾ? ਵੈਸੇ ਮੁਸ਼ਤਾਕ ਸਾਹਿਬ ਦਾ ਡੇਟਾ ਜੀ। ਇਹ ਸੰਧੂਰੀ ਅੰਬ ਵੀ ਹਾਂਜੀ ਕਹਿੰਦੇ ਇਹ ਸੇਬ ਅੰਗਾਂ ਦਾ ਕਿਹੜਾ ਅੰਬ ਆ ਗਿਆ ਸੂਹਾ ਸੂਹਾ ਛੱਡ। ਕਿਹੜੇ ਅੰਬ ਲਿਆਂਦੇ ਜੀ? ਇਹ ਵੀ ਟੋਕਰੀ ਅੰਬ ਹੈ ਜੀ। ਇਹ ਜੀ ਕਾਲਾ ਅੰਬ। ਹਾਂਜੀ ਨਾਜ਼ਰੀਨ ਅਸਾਂ ਤੱਕੋ ਅੰਬ ਸ਼ੰਬ ਖਾ ਲੈਣ, ਜ਼ਿਆਦਾ ਸਮਾਨ ਭਾਈ ਨੇ ਅੰਬ ਖਾਦੇ ਨੇ ਤੱਕਿਆ ਜੀ ਸਰ ਲੈ ਲੈਣੇ ਪਏ ਵੀਡੀਓ ਤਾਂ ਬਣਾ ਲਈ ਹੈ ਜਨਾਬ। ਮੈਰਾ ਜੱਟਾ ਅੰਬ ਦਾ ਡੇਰਾ ਇੱਥੇ ਬੈਠੇ ਆ ਅੰਬਾਂ ਦਾ ਡੇਰਾ ਜਨਾਬ। ਔਰ ਕੀ ਨਾਂ ਦੱਸਿਆ ਤੁਸੀਂ ਆਪਣਾ? ਮੁਸ਼ਤਾਕ ਸਾਹਿਬ ਕੋਈ ਡੇਰਾ ਲਿਆ ਅੰਬ ਸ਼ੰਬ ਇੱਥੇ? ਕਿੰਨੇ ਅੰਬ ਟੁੱਟ ਤੁਹਾਡੇ ਕੋਲ? 60-70 ਬੂਟੇ ਸਾਰੇ ਇੱਥੇ ਲੱਗੇ ਪਿੱਛੇ ਕਿਤੇ। ਅਸਲਾਮੁਅਲੈਕੁਮ ਸਰ, ਕੀ ਹਾਲ ਹੈ? ਅਸਲਾਮੁਅਲੈਕੁਮ ਜੀ ਮੋਹਤਰਮ, ਕੀ ਹਾਲ ਚਾਲ ਹੈ? ਸਿਹਤ ਮੁਤ ਕੈਸੀ ਹੈ? ਉਹ ਜ਼ਹਿਰ ਵਕਤ ਨਾਲ ਵਕਤ ਵਕਤ ਦੀ ਗੱਲ ਹੈ ਸਰ। ਅਤੇ ਹੁਣ ਤਾਂ ਮੈਂ ਪਿਛਲੇ ਸਾਲ ਤੋਂ ਪਿਛਲੇ ਤਾਂ ਕਿਹਾ ਤਾਂ ਹੁਣ ਤਾਂ ਬਿਲਕੁਲ ਹੀ ਚਿੱਟੇ ਚਿੱਟੇ ਆਉਣ ਹੋ ਗਏ। ਪਿਛਲੇ ਸਾਲ ਤੋਂ ਪਿਛਲੇ ਸਾਲ ਵੀ ਚਿੱਟੇ ਹੀ ਸੀ, ਕਿਉਂ ਹੁਣ ਨਵਾਂ ਸਾਲ ਹੈ ਠੀਕ ਹੈ ਚਿੱਟੇ ਹੀ ਸਨ। ਅਤੇ ਸਾਰੇ ਮਿੱਠੇ ਨੇ। ਦੱਸਿਆ ਮੈਨੂੰ ਜੀ ਪਤਾ ਜੀ ਮੈਂ ਜੱਟਾਂ ਦੀ ਜਗ੍ਹਾ ਆਉਂਦੀ ਕਿੱਥੇ ਆਉਂਦੀ? ਮੈਂ ਜੱਟਾਂ ਜੀ ਆਉਂਦਾ ਜੀ। ਅੰਬ ਦਿਓ ਮਿੱਠੇ। ਇਹ ਜਨਾਬ ਜਗ੍ਹਾ, ਇਹ ਜਨਾਬ ਟੋਕ ਲੰਮੀਆਂ ਲੰਬੀਆਂ ਕਿ ਲੰਮੀਆਂ ਟੋਕ ਲੰਮੀਆਂ ਠੇਕੇਦਾਰ ਮਿਰਜ਼ਾ ਮੁਹੰਮਦ ਅਰਸ਼ਾਦ। ਅਰਸ਼ਾਦ ਸਰ ਤੁਹਾਡਾ ਕਹਿੰਦਾ ਹੈ? ਅਰਸ਼ਦ ਸਰ ਘਰ ਤੁਹਾਡੇ ਇੱਥੇ ਨਾ? ਬੜਾ ਅੰਬ ਫਿਰ ਠੇਕੇਦਾਰ ਜੀ ਐਸ ਕੀ ਹੈ ਪੱਥਰ ਘੱਟ ਨੇ ਤਾਂ ਅੰਬ ਜ਼ਿਆਦਾ 10 ਕਦੇ ਸੀ ਜਾਂ 11 10 ਸੀ ਜਾਂ 11 10 ਕਦੇ ਸਾਵਣ ਅੰਬ ਨਹੀਂ ਸੀ।